ਤੇ ਗੱਲ ਕਰਦੇ ਆ ਲਹਿਰਾ ਗਾਗਾ ਦੀ ਨਗਰ ਕੌਂਸਲ ਦੀ ਪ੍ਰਧਾਨ ਦੀ, ਜਿਨ੍ਹਾਂ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਕਾਂਗਰਸੀ ਆਗੂ ਰਜਿੰਦਰ ਕੌਰ ਭੱਠਲ ਦੀ ਅਗਵਾਈ ਹੇਠ 10 ਕੌਂਸਲਰਾਂ ਨੇ ਉਹਨਾਂ ਦੇ ਖਿਲਾਫ ਬੇਭਰੋਸਗੀ ਦਾ ਮਤ ਪੇਸ਼ ਕਰ ਦਿੱਤਾ। ਕੌਂਸਲਰਾਂ ਦਾ ਦੋਸ਼ ਹੈ ਕਿ ਕੌਂਸਲ ਦੀ ਪ੍ਰਧਾਨਗੀ ਮਨਮਰਜ਼ੀ ਕਰਦੀ ਹੈ ਤੇ ਉਹਨਾਂ ਦੀ ਗੱਲ ਨਹੀਂ ਸੁਣਦੀ, ਜਿਸ ਕਰਕੇ ਸ਼ਹਿਰ ਦਾ ਵਿਕਾਸ ਨਹੀਂ ਹੋ ਰਿਹਾ। ਇਹੀ ਨਹੀਂ, ਕੁਝ ਕੌਂਸਲਰਾਂ ਨੇ ਪ੍ਰਧਾਨ ਤੇ ਭ੍ਰਿਸ਼ਟਾਚਾਰ ਤੇ ਦੋਸ਼ ਵੀ ਲਗਾਏ ਨੇ। ਅੱਜ ਮੀਟਿੰਗ ਦੇ ਬੇਭਰੋਸਗੀ ਦੇ ਮਤੇ ਵਾਸਤੇ ਰੱਖੀ ਜੀ ਪ੍ਰਧਾਨ ਦੇ ਖਿਲਾਫ, ਉਹਦਾ ਅੱਜ ਮਤਾ ਪਾਇਆ ਜੀ, ਇਸ ਕਰਕੇ ਵੀ ਮੈਂਬਰ ਉਹਦੇ ਨਾਲ ਨਹੀਂ ਸੀ। 11 ਮੈਂਬਰਾਂ ਨੇ ਬੇਭਰੋਸਗੀ ਦਾ ਮਤਾ ਨਗਰ ਕੌਂਸਲ ਪ੍ਰਧਾਨ ਦੇ ਖਿਲਾਫ ਪਾਇਆ। ਇੱਥੇ ਸਾਰੀਆਂ ਪਾਰਟੀਆਂ ਦੇ, ਅਕਾਲੀ ਦਲ ਦੇ, ਬੀਜੇਪੀ ਦੇ, ਕਾਂਗਰਸ ਦੇ, ਆਜ਼ਾਦ, ਸਾਰੇ ਬੰਦੇ ਨੇ ਰਲ ਮਿਲ ਕੇ ਪਾਏ। ਕੀ ਕਾਰਨ ਸੀ ਮਤਾ ਪਾਉਣ ਦਾ? ਅਤੇ ਉਹ ਤਾਂ ਹੁਣ ਜੀ ਸਾਰੇ ਮੈਂਬਰ ਸਾਹਿਬਾਨ ਦੱਸ ਸਕਦੇ ਨੇ ਵੀ ਜਿਹੜਾ ਉਹਨਾਂ ਨੂੰ ਉਹ ਭਰੋਸੇ 'ਚ ਨਹੀਂ ਰੱਖ ਸਕੇ ਪ੍ਰਧਾਨ ਜੀ, ਇਸ ਕਰਕੇ ਉਹਨਾਂ ਨੇ ਮਤਾ। ਇਹ ਮਾਮਲਾ ਪ੍ਰਧਾਨ ਦਾ ਸਾਡੇ ਮੈਂਬਰਾਂ ਨਾਲ ਮਿਲ ਕੇ ਨਾ ਚੱਲਣਾ ਸੀ, ਮਨ ਮਰਜ਼ੀ ਕਰਨਾ ਸੀ, ਅਤੇ ਜੋ ਕੰਮ ਹੋਏ ਨੇ ਉਹਦੇ ਵਿੱਚ ਰਿਸ਼ਵਤ ਲਈ ਗਈ ਹੈ, ਅਸੀਂ ਉਹਦੇ ਬਰਖਿਲਾਫ ਚੱਲਾਂਗੇ ਅਤੇ ਚੱਲਦੇ ਰਹਾਂਗੇ। ਕਿੰਨੇ ਮੈਂਬਰ ਸੀਗੇ ਅਤੇ ਕਿੰਨੇ ਟੋਟਲ? ਅੱਜ ਅਸੀਂ 10 ਮੈਂਬਰ ਸੀ ਅਤੇ ਇੱਕ 11ਵੀਂ ਬੋਰਡ ਬੀਬੀ ਰਜਿੰਦਰ ਕੌਰ ਭੱਠਲ ਜੀ ਜੋ ਕਿ ਮੌਜੂਦਾ MLA ਸਨ। ਦੇਖੋ, ਕਾਫੀ ਦੇਰ ਤੋਂ ਬਹੁਤ ਸਾਰੇ ਇਲਜ਼ਾਮ ਲੱਗ ਰਹੇ ਸੀ, ਝੰਝਟ ਸੀ, ਕੰਮਾਂ ਵਿੱਚ ਰੁਕਾਵਟ ਪੈ ਰਹੀ ਸੀ, ਅਤੇ ਮੈਜੋਰਟੀ ਜਿਹੜੇ ਮੈਂਬਰਸ ਨੇ ਉਹ ਫੀਲ ਕਰਦੇ ਸੀ ਕਿ ਕੰਮ ਠੀਕ ਨਹੀਂ ਹੋ ਰਿਹਾ। ਇਸ ਕਰਕੇ ਕੁਛ ਮੈਂਬਰਸ ਨੇ, ਜਿਹੜਾ ਸਾਡੇ 11 ਮੈਂਬਰਸ ਨੇ, ਉਹਨਾਂ ਨੇ NOC ਨੋ ਕੌਨਫੀਡੈਂਸ ਜਿਹੜਾ ਹੈਗਾ ਮੋਸ਼ਨ ਮਤਾ ਸਾਡੇ ਕੁਛ ਮੈਂਬਰਾਂ ਨੇ ਭੇਜਿਆ ਸੀ। ਉਹਦੀ ਕਾਰਵਾਈ ਦੇ ਮੁਤਾਬਕ ਪ੍ਰਧਾਨ ਨੇ ਅੱਜ ਦੀ ਮੀਟਿੰਗ ਰੱਖੀ ਸੀ। ਉਸ ਮੀਟਿੰਗ ਸਾਰੇ 3 ਵਜੇ ਪਹੁੰਚ ਗਏ ਹਾਂ ਔਰ 11 ਦੇ 11 ਮੈਂਬਰਾਂ ਨੇ ਪ੍ਰਧਾਨਗੀ ਦੀ ਗੈਰ ਹਾਜ਼ਰੀ ਵਿੱਚ ਸਹਿਮਤੀ ਦੇ ਨਾਲ ਸਾਡਾ ਜਿਹੜਾ ਚੇਅਰਮੈਨ ਮੀਟਿੰਗ ਦਾ ਥਾਪ ਕੇ ਕਾਰਵਾਈ ਕਰਨ ਵਾਸਤੇ ਉਹਨੂੰ ਸਹਿਮਤੀ ਨਾਲ ਉੱਥੇ ਬਿਠਾਇਆ।